ਦੋ ਮਿੰਟ ਜਿਸ ਤਰ੍ਹਾਂ ਕੱਪੜੇ ਦੀ ਦੁਕਾਨ ਅਸੀਂ ਪਾਉਂਦੇ ਹਾਂ ਅਤੇ ਚੱਪਲੀਆਂ ਦੀ ਦੁਕਾਨ ਪਾਉਂਦੇ ਹਾਂ, ਜਿਸ ਤਰ੍ਹਾਂ ਦਿਲ ਕਰਨਾ ਅਸੀਂ ਮਟੀਰੀਅਲ ਚਾਹ ਕੇ ਆਣ ਕੇ ਆਪਣੀ ਦੁਕਾਨਾਂ 'ਚ ਰੱਖ ਸਕਦੇ ਹਾਂ। ਇਸੇ ਤਰ੍ਹਾਂ ਤੁਸੀਂ ਜਿਹੜੀ ਚੀਜ਼ਾਂ ਨਾਲ ਦਿਲ ਕਰਨਾ ਉਹ ਹੀ ਸਾਰੀਆਂ ਦਵਾਈਆਂ ਆਣ ਕੇ ਇੱਥੇ ਪਾ ਸਕਦੇ ਹੋ ਜਾਂ ਕਿਸੇ ਡਾਕਟਰ ਨੂੰ ਮੁਸ਼ਾਵਰਤ ਨਾਲ ਹੋਣਾ। ਇਹਨਾਂ ਫਾਰਮੇਸੀਆਂ ਦੇ ਵਿੱਚੋਂ ਲੋਕਲੀ ਮੈਡੀਸਨ ਤੁਸੀਂ ਜ਼ਿਆਦਾਤਰ ਇਸਤੇਮਾਲ ਕਰਨੇ ਹੁੰਦੇ ਹੋ ਕਿ ਜਾਂ ਅੰਗਰੇਜ਼ੀ ਬਾਹਰਲੇ ਮੁਲਕਾਂ ਦੀਆਂ ਮੈਡੀਸਨ ਇਸਤੇਮਾਲ ਕਰਨਾ? ਗੱਲਾਂ ਕਰਸਾਂ ਖਰੀਆ ਸਾਹਿਬ ਸੱਚੀਆ ਅਤੇ ਸੁੱਚੀਆ, ਸਲਾਮ ਅਲੈਕੁਮ ਵੀਰੋ ਭਰਾਓ ਭੈਣੋ, ਕਿ ਹਾਲ ਹੈ? ਠੀਕ ਹੋ, ਰਾਜ਼ੀ ਪਾਜ਼ੀ ਹੋ? ਮਾਸ਼ਾਅੱਲਾ ਜੀ, ਇਸ ਟਾਈਮ ਮੈਂ ਖਲੋਤਾ ਪਿਆ ਆਪਣੇ ਸ਼ਹਿਰ ਟੈਕਸਲਾਂ ਦੇ ਵਿੱਚ, ਅਦੀਲ ਫਾਰਮੇਸੀ ਜਿਹੜੀ ਹੈ ਇਸ ਦੀਆਂ ਕਾਫੀ ਸਾਰੀਆਂ ਬ੍ਰਾਂਚਾਂ ਓਪਨ ਪਿਆ ਹੋਣੀਆਂ ਅਤੇ ਅਦੀਲ ਜੋੜੇ ਵਿੱਚ ਨੇ, ਦੋ ਭਰਾ ਨੇ ਅਦੀਲ, ਅਤੇ ਆਖਾ ਵੀ ਇੰਨਾ ਕਿ ਇਕੱਲੇ ਨਹੀਂ ਇਸ਼ਾਰੇ, ਇਕੱਲੇ ਨਹੀਂ ਮਾਂ ਹੀ ਸਮਝਣੀ ਹੈ, ਅਤੇ ਡਾਕਟਰਾਂ ਨਾਲ ਲਿਖਿਆ ਜਿਹੜਾ ਹੋਣਾ ਨਾ, ਅਤੇ ਉਹ ਫਾਰਮੇਸੀ ਵਾਲੇ ਸਮਝਣੇ। ਬੜੀ ਦਿਲਚਸਪ ਕਿਸਮ ਦੀ ਗੱਪਸ਼ਪ ਲਾਸਾ ਇਹਨਾਂ ਭਰਾਵਾਂ ਨਾਲੋਂ। ਪੂਰੀ ਵੀਡੀਓ ਵੇਖਣੀ, ਕਮੈਂਟ ਵਿੱਚ ਆਪਣੀ ਰਾਏ ਵੀ ਦੇਣੀ ਔਰ ਇਸ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਅਦੀਲ ਭਾਈ, ਸਾਰਿਆਂ ਤੋਂ ਪਹਿਲੇ ਤਾਂ ਤੁਸੀਂ ਅਸੀਂ ਮੁਬਾਰਕਬਾਦ ਪੇਸ਼ ਕਰਨਾ ਹੈ। ਮਾਸ਼ਾਅੱਲਾ ਜੀ, ਤੁਸੀਂ ਆਪਣੀ ਫਾਰਮੇਸੀ ਅੱਜ ਓਪਨ ਕੀਤੀ, ਇੱਕ ਹੋਰ ਉੱਥੇ, ਟੋਟਲ ਕਿਤਨੀਆਂ ਕੁਝ ਫਾਰਮੇਸੀਆਂ ਤੁਸੀਂ ਓਪਨ ਹੋ ਚੁੱਕੀਆਂ? ਜੀ ਅਲਹਮਦੁਲਿਲਾ, ਇਹ 3 ਬ੍ਰਾਂਚ ਜੀ, ਇੱਕ ਬਸਤੀ ਹੈ ਵਾਹ ਕੈਂਟੇ ਚ, ਇੱਕ ਨਿਊ ਸਿਟੀ ਫੇਸ 2 ਚ, ਵੇ ਅੱਜ ਇਨਸ਼ਾਅੱਲਾ ਟੈਕਸਲਾ ਬ੍ਰਾਂਚ ਦਾ ਸਦਾ ਕੀਤਾ ਜੀ ਅਸਾਂ। ਮਾਸ਼ਾਅੱਲਾ, ਤੇ ਵੈਸੇ ਜਿਹੜੀਆਂ ਬ੍ਰਾਂਚਾਂ ਸ਼ਾਂਚਾਂ ਤੁਸੀਂ ਬਣਾਉਂਦੇ ਰਹਿੰਦੇ ਹੋ, ਇਹ ਆਲਰੇਡੀ ਗਵਰਨਮੈਂਟ ਪਾਕਿਸਤਾਨ ਕੋਲੋਂ ਰਜਿਸਟਰਡ ਵੀ ਹੋਣਾ ਜਾਂ ਵੈਸੇ 53-52 ਕਰਨੇ ਹੋ? ਨਹੀਂ ਨਹੀਂ, ਬਿਲਕੁਲ, ਪੰਜਾਬ ਹੈਲਥ ਅਥਾਰਟੀ ਹੈ, ਉਸ ਤੋਂ ਪ੍ਰੋਪਰ ਲਾਇਸੈਂਸ ਲਿਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਅਸੀਂ ਓਪਨ ਕਰ ਸਕਦੇ ਹਾਂ। ਅੱਛਾ, ਇਹ ਮੈਂ ਦੱਸੋ ਕਿ ਡਾਕਟਰ ਨੇ ਬਾਜ਼ ਦਫਾ ਲਿਖਿਆ ਹੋਣਾ ਤੇ ਉਹ ਹਲਾਰ ਬੰਦੇ ਆ ਤੇ ਸਮਝ ਆਣਾ ਕੋਈ ਵੀ ਨਹੀਂ, ਤੇ ਤੁਸੀਂ ਕਿਹੋ ਜਿਹਾ ਸਮਝ ਆ ਵੀ ਨਹੀਂ? ਜੀ ਬਸ ਅਲਹਮਦੁਲਿਲਾ, 15-20 ਸਾਲ ਨਾਲ ਤਜਰਬਾ ਐਸੇ ਪਿੱਛੇ, ਤੇ ਇੱਥੇ ਤੱਕ ਪਹੁੰਚੇ ਆ ਤਾਂ ਹੀ ਕਿ ਸਮਝ ਸਮਝ ਕੇ, ਪੜ੍ਹ ਪੜ੍ਹ ਕੇ, ਲਿਖ ਲਿਖ ਕੇ, ਤੇ ਤਾਂ ਹੁਣ ਸਮਝ ਆ ਪੈਣੀ। ਚਲੋ ਹੁਣ ਬਾਹਰ ਨਿਕਾਲਨੇ ਆ। ਕਦਰੇ ਕੋਈ ਮਿਸਟੇਕ, ਕੋਈ ਐਸਾ ਸਿਲਸਿਲਾ ਹੋਇਆ ਕਿ ਅਗਰ ਗੋਲੀ ਟੈਬਲੇਟ ਸ਼ੂਗਰ ਨਹੀਂ ਡਾਕਟਰ ਲਿਖੀ ਵੀ ਤੁਸੀਂ ਬਲੱਡ ਪ੍ਰੈਸ਼ਰ ਨਹੀਂ ਚਾਹ ਦਿੱਤੀ ਹੋਵੇ, ਇਸ ਤਰ੍ਹਾਂ ਕਦੇ ਹੋਇਆ? ਨਹੀਂ, ਇਸ ਤਰ੍ਹਾਂ ਹੋ ਨਹੀਂ ਸਕਣਾ, ਕਿਉਂਕਿ ਦਵਾਈ ਨਾਲ ਮਾਮਲਾ ਹੈ, ਇਸ 'ਚ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਹੋ ਸਕਣਾ। ਇਸ 'ਚ ਸ਼ੂਗਰ ਨਹੀਂ ਦਵਾਈ ਹੈ ਤਾਂ ਸ਼ੂਗਰ ਨਹੀਂ, ਬਲੱਡ ਪ੍ਰੈਸ਼ਰ ਨਹੀਂ ਦਵਾਈ ਤਾਂ ਪ੍ਰੈਸ਼ਰ ਨਹੀਂ। ਇਸ 'ਚ ਬਿਲਕੁਲ ਅਸਾਂ ਡਾਕਟਰਾਂ ਵੀ ਆਖਿਆ ਬਿਲਕੁਲ ਵੇਖ ਕੇ ਦਵਾਈ ਦਿਓ ਤਾਂ ਕਿ ਬਿਲਕੁਲ ਕਿਸੇ ਮਰੀਜ਼ ਦਾ ਪਸਾ ਨਾ ਆਵੇ ਕਿਸੇ ਕਿਸਮ ਦਾ ਵੀ। ਅੱਛਾ ਜੀ, ਜਿਹੜੀਆਂ ਤੁਸੀਂ ਦੀਆਂ ਫਾਰਮੇਸੀਆਂ ਨੇ, ਇਹਨਾਂ ਫਾਰਮੇਸੀਆਂ ਦੇ ਵਿੱਚੋਂ ਲੋਕਲੀ ਮੈਡੀਸਨ ਤੁਸੀਂ ਜ਼ਿਆਦਾਤਰ ਇਸਤੇਮਾਲ ਕਰਨੇ ਹੁੰਦੇ ਹੋ ਕਿ ਜਾਂ ਅੰਗਰੇਜ਼ੀ ਬਾਹਰਲੇ ਮੁਲਕਾਂ ਦੀਆਂ ਮੈਡੀਸਨ ਇਸਤੇਮਾਲ ਕਰਨੇ? ਨਹੀਂ, ਬਾਹਰ ਮੁਲਕੀਆਂ ਮੈਡੀਸਨ ਯਹਾਂ ਪੇ ਇੰਪੋਰਟ ਨਹੀਂ ਵੇਚ ਸਕਤੇ, ਵੋ ਹਮੇ ਪਾਕਿਸਤਾਨ ਮੇਂ ਅਲਾਓ ਹੀ ਨਹੀਂ ਹੈ। ਅੱਛਾ, ਠੀਕ। ਲੇਕਿਨ ਜੋ ਇੱਕ ਕੰਪਨੀ ਕੀ ਬ੍ਰਾਂਡਡ ਮੈਡੀਸਨ ਹੋਤੀ ਹੈ, ਜੋ ਪਾਕਿਸਤਾਨ ਮੇਂ ਤਿਆਰ ਹੋਤੀ ਹੈ ਔਰ ਪ੍ਰੋਪਰ ਮਨਜ਼ੂਰਸ਼ੁਦਾ ਹੋਤੀ ਹੈ ਹਕੂਮਤ ਸੇ, ਹਮ ਵੋ ਵੇਚ ਸਕਤੇ ਹੈਂ। ਜੈਸੇ ਕਿ ਐਫਰਟਸ ਕਰੇਂ, ਮੈਂ ਆਪਕੋ ਬਤਾ ਦੂੰ, ਗੈਟਸ ਕੰਪਨੀ ਕੀ ਇਸਤੇਮਾਲ, ਤੋ ਗੈਟਸ ਕੰਪਨੀ ਬ੍ਰਾਂਡਡ ਕੰਪਨੀ ਹੈ, ਵਾ ਪਾਕਿਸਤਾਨ ਮੇਂ ਰਜਿਸਟਰ ਕੰਪਨੀ ਹੈ, ਤੋ ਹਮਾਰੇ ਪਰ ਰਜਿਸਟਰ ਕੰਪਨੀ ਕੀ ਮੈਡੀਸਨ ਹੋਤੀ ਹੈ, ਲੋਕਲ ਮੈਡੀਸਨ ਹਮ ਨਹੀਂ ਲਿਖਤੇ। ਅੱਛਾ, ਜਿਸ ਤਰ੍ਹਾਂ ਕੱਪੜੇ ਦੀ ਦੁਕਾਨ ਅਸੀਂ ਪਾਉਂਦੇ ਹਾਂ ਅਤੇ ਚੱਪਲੀਆਂ ਦੀ ਦੁਕਾਨ ਪਾਉਂਦੇ ਹਾਂ, ਜਿਸ ਤਰ੍ਹਾਂ ਦਿਲ ਕਰਨਾ ਅਸੀਂ ਮਟੀਰੀਅਲ ਚਾਹ ਕੇ ਆਣ ਕੇ ਆਪਣੀ ਦੁਕਾਨਾਂ 'ਚ ਰੱਖ ਸਕਦੇ ਹਾਂ, ਇਸੇ ਤਰ੍ਹਾਂ ਤੁਸੀਂ ਜਿਹੜੀ ਚੀਜ਼ਾਂ ਨਾਲ ਦਿਲ ਕਰਨਾ ਉਹ ਹੀ ਸਾਰੀਆਂ ਦਵਾਈਆਂ ਆਣ ਕੇ ਇੱਥੇ ਪਾ ਸਕਦੇ ਹੋ ਜਾਂ ਕਿਸੇ ਡਾਕਟਰ ਨੂੰ ਮੁਸ਼ਾਵਰਤ ਨਾਲ ਹੋਣਾ? ਨਹੀਂ, ਇਹ ਹੁੰਦਾ ਕੰਪਨੀ, ਕਿਉਂਕਿ ਇੱਕ ਚੱਲ ਰਹੀ ਹੁੰਦੀ ਹੈ, ਉਸਕੇ ਬਾਅਦ ਬਲਕ ਮੇਂ ਮੈਡੀਸਨ ਚੱਲ ਰਹੀ ਹੁੰਦੀ ਹੈ, ਔਰ ਡਾਕਟਰ ਕਿਉਂਕਿ ਉਹ ਪ੍ਰਸਕ੍ਰਾਈਬ ਕਰ ਰਿਹਾ ਹੁੰਦਾ, ਤੋ ਹਮੇ ਪਤਾ ਚਲਤਾ ਹੈ ਮਾਰਕੀਟ ਮੇਂ ਇਸ ਵਕਤ ਕੌਨ ਸੀ ਮੈਡੀਸਨ ਜ਼ਿਆਦਾ ਪ੍ਰਸਕ੍ਰਾਈਬ ਹੋ ਰਹੀ ਹੈ, ਤੋ ਹਮਾਰਾ ਫਿਰ ਕਾਮ ਹੈ ਕਿ ਹਮ ਉਸਕੋ ਮਾਰਕੀਟ ਮੇਂ ਅਵੇਲੇਬਲ ਕਰਵਾਉਣਾ ਹੈ, ਤੋ ਫਿਰ ਬਗੈਰ ਵਾਰੰਟੀ ਸ਼ੁਦਾ ਮੈਡੀਸਨ ਰੱਖ ਨਹੀਂ ਸਕਤੇ ਹੈ ਕੰਪਨੀ, ਜਬ ਤੱਕ ਹਮੇ ਵਾਰੰਟੀ ਨਾ ਦੇ ਹਮ ਮੈਡੀਸਨ ਨਹੀਂ ਪਰਚੇਸ ਕਰਤੇ। ਵੈਰੀ ਗੁੱਡ। ਅੱਛਾ ਅਦੀਲ ਭਾਈ, ਮਾਸ਼ਾਅੱਲਾ ਤੀਸਰੀ ਬ੍ਰਾਂਚ ਤੋਂ ਸਾਨੂੰ ਓਪਨ ਹੋ ਚੁੱਕੀ, ਤੇ ਜਿਹੜੇ ਤੁਸੀਂ ਲੋਕ ਸੁਣਨੇ ਪੈਣੇ ਤੋਂ ਨਾ ਕੀ ਮੈਸੇਜ, ਕੀ ਪੈਗਾਮ ਦੇਣਾ ਚਾਹੁੰਦੇ ਹੋ? ਸਰ ਜੀ, ਮੈਸੇਜ ਇਹ ਹੈ, ਅਸੀਂ ਮੇਰੀ ਜੰਪਲ ਟੈਕਸ ਲੈਣੀ ਹੈ, ਇਹ ਕਿ ਮੇਰਾ ਪੂਰਾ ਮਹੱਲਾ ਵੇ ਇੱਥੇ, 2002 ਤੋਂ ਅਸੀਂ ਸ਼ਿਫਟ ਹੋਏ ਹਾਂ ਵਾਹ ਕੈਂਟ ਵਿੱਚ, ਅਤੇ ਅਸਾਂ ਕੋਲ ਬਹੁਤ ਸਾਰੇ ਇੱਥੋਂ ਬਲਾਦੁਰ ਸਾਰੀ ਉੱਥੇ ਬਸਤੀ ਆਉਣੀ ਹੈ, ਉਹਨਾਂ ਆਖਿਆ ਟੈਕਸ ਲੈ ਖੋਲੋ, ਅਸਾਂ ਅਸੀਂ ਬੜੀ ਮੁਸ਼ਕਿਲ ਹੋਣੀ ਉੱਥੇ ਆਉਣੇ ਮਾਰੋ, ਅਤੇ ਉਹਨਾਂ ਦੀ ਖਿਦਮਤ ਅਸੀਂ ਬਾਅਦ ਫਿਰ ਅਸਾਂ ਇਹ ਬ੍ਰਾਂਚ ਖੋਲੀ। ਇਸ ਬ੍ਰਾਂਚ ਦਾ ਜ਼ਰਾ ਐਡਰੈਸ ਦੱਸ ਦਿਓ। ਇਹ ਕ੍ਰਿਸਚਨ ਹਸਪਤਾਲ ਨੇ ਬਿਲਕੁਲ ਆਪੋਜ਼ਿਟ। ਮਾਸ਼ਾਅੱਲਾ ਜੀ, ਦੇਖੋ ਜੀ, ਬਿਮਾਰੀ ਸੁਸਤੀ ਤਿਆਰੀ ਇਨਸਾਨ ਨਾਲ ਲੱਗੀ ਪਈ, ਚਾਹੇ ਛੋਟਾ ਬੱਚਾ ਚਾਹੇ ਵੱਡਾ ਹੈ ਚਾਹੇ ਜ਼ਈਫ ਹੈ, ਅਤੇ ਅੱਲਾ ਤਬਾਰਕ ਵਤਾਲਾ ਕੇ ਦੁਆ ਤੇ ਅਸੀਂ ਸਾਰਿਆਂ ਤੋਂ ਪਹਿਲੇ ਤਾਂ ਇਹ ਹੀ ਕਰ ਰਹੇ ਹਾਂ ਕਿ ਅੱਲਾ ਤਬਾਰਕ ਵਤਾਲਾ ਕਿਸੇ ਬਿਮਾਰ ਨਾ ਕਰੇ ਔਰ ਉਸ ਨਾਲ ਜਲਦ ਤੋਂ ਜਲਦ ਸਿਹਤ ਦੇਵੇ। ਸਿਹਤ ਹੈ ਤੇ ਜ਼ਿੰਦਗੀ ਨੇ ਮਜ਼ੇ ਨੇ ਤੇ ਜ਼ਿੰਦਗੀ ਨੇ ਖੁਸ਼ਹਾਲੀ ਹੋਣੀ। ਦੋ ਮਿੰਟ ਹੋਰ, ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ
ਤੇ ਸਿਹਤ ਹੈ ਵੇ ਤੇ ਸਾਰਾ ਕੁਝ, ਸਿਹਤ ਨਹੀਂ ਤੇ ਕੁਝ ਕੱਖ ਵੀ ਨਹੀਂ। ਠੀਕ ਹੈ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ ਔਰ ਮੈਡੀਸਨ ਜਿਹੜੀ ਵੀ ਖਾਣੀ ਚਾਹੀਦੀ ਡਾਕਟਰ ਨਾਲ ਮੁਸ਼ਾਵਰਤ ਕਰਕੇ, ਔਰ ਡਾਕਟਰ ਵੀ ਅੱਗੇ ਇਸ ਤਰ੍ਹਾਂ ਨਾਲ ਕਾਬਲ ਬੰਦਾ ਬੈਠਾ ਹੋਣਾ ਚਾਹੀਦਾ, ਉਸ ਨਾਲ ਮੁਸ਼ਾਵਰਤ ਕਰਨਾ ਚਾਹੀਦਾ। ਇਹ ਨਹੀਂ ਕਿ ਕਾਪਿਆਂ ਕੋਲ ਚੱਲੇ ਜੁਲੋ ਕਿ ਜਿਹੜੇ ਦਵਾਈਆਂ ਵੇਚਣੇ ਪੈਂਦੇ ਹੋਣ, ਹਮੇਸ਼ਾ ਕਾਬਲ ਡਾਕਟਰ ਕੋਲ ਜੁਲੋ ਜਿਸ ਨੇ ਅੰਦਰ ਇਨਸਾਨੀਅਤ ਨਾਲ ਖੌਫ ਹੈ। ਠੀਕ ਹੈ, ਜਿਸ ਨੇ ਅੰਦਰ ਰੱਬ ਨਾਲ ਖੌਫ ਹੈ, ਜਿਹੜਾ ਇਨਸਾਨੀਅਤ ਦਾ ਪ੍ਰਾਇਰਟੀ ਦੇਣਾ, ਤੇ ਉਸ ਡਾਕਟਰ ਕੋਲ ਮਿਲਣਾ ਚਾਹੀਦਾ ਤੇ ਸੋਚ ਸਮਝ ਕੇ ਮੈਡੀਸਨ ਖਾਣੀ ਚਾਹੀਦੀ ਹੈ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਮਿਲਦੇ ਹਾਂ ਨੈਕਸਟ ਵੀਡੀਓ 'ਚ। ਫੀਆ ਮਾਨੇਲਾ ਪਾਕਿਸਤਾਨ ਜ਼ਿੰਦਾਬਾਦ।